ਅਲਬਰਟਾ ਦੇ ਸਾਬਕਾ ਮਿਨਿਸਟਰ ਅਤੇ ਮੌਜੂਦਾ MLA ਮਨਮੀਤ ਸਿੰਘ ਭੁੱਲਰ ਕੱਲ੍ਹ ਬਹੁਤ ਹੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਹਲਾਕ ਹੋ ਗਏ। ਇਸ ਖਬਰ ਦੇ ਨਾਲ ਸਾਰਾ ਹੀ ਪੰਜਾਬੀ ਭਾਈਚਾਰਾ, ਭਾਵੇਂ ਅਲਬਰਟਾ, ਭਾਵੇਂ ਕੈਨੇਡਾ, ਭਾਵੇਂ ਇੰਡੀਆ, ਜਿੱਥੇ ਵੀ ਪੰਜਾਬੀ ਭਾਈਚਾਰੇ ਲੋਕ ਵੱਸਦੇ ਨੇ, ਜੋ ਉਹਨਾਂ ਨੂੰ ਜਾਣਦੇ ਨੇ, ਸਾਰੇ ਬਹੁਤ ਹੀ ਗਮ ਦੇ ਮਾਹੌਲ ਦੇ ਵਿੱਚ ਇਸ ਵੇਲੇ ਹੈਗੇ ਨੇ। ਇਸ ਨਾਲ ਜੋ ਸਰਕਾਰ ਅਤੇ ਜੋ ਨੁਮਾਇੰਦੇ ਨੇ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸਾਡੇ ਨਾਲ ਅੱਜ ਮਨਮੀਤ ਸਿੰਘ ਭੁੱਲਰ ਦੇ ਬਹੁਤ ਹੀ ਕਰੀਬੀ ਸਾਥੀ ਸਾਬਕਾ ਮਿਨਿਸਟਰ ਨਰੇਸ਼ ਭਾਰਦਵਾਜ ਜੀ ਗੱਲਬਾਤ ਕਰਨ ਲਈ ਹਾਜ਼ਰ ਨੇ ਕਿ ਇਹਨਾਂ ਦੀਆਂ ਮਨਮੀਤ ਸਿੰਘ ਭੁੱਲਰ ਦੇ ਨਾਲ ਕੰਮ ਕੀਤੇ ਦੀਆਂ ਕੀ ਯਾਦਾਂ ਨੇ। ਭਾਰਦਵਾਜ ਸਾਹਿਬ, ਤੁਸੀਂ ਇਸ ਬਹੁਤ ਦੁੱਖ ਦੀ ਘੜੀ ਦੇ ਉੱਤੇ ਕੀ ਕਹਿਣਾ ਚਾਹੁੰਦੇ? ਹਾਂ ਗੁਰਪ੍ਰਿੰਦਰ ਜੀ, ਇਹ ਸਾਡੇ ਲਈ ਬਹੁਤ ਹੀ ਦੁੱਖ ਭਰਿਆ ਸਮਾਂ। ਇੱਕ ਸਾਡਾ ਨੌਜਵਾਨ, ਸਾਡਾ ਬੱਚਾ, ਸਾਡਾ ਕੋਲੀਗ, ਮੇਰਾ ਪਰਸਨਲ ਫਰੈਂਡ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ। ਇਸ ਦਾ ਜੋ ਗਮ ਹੈ ਉਹ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਬਹੁਤ ਹੀ ਸਾਲਾਂ ਤੋਂ ਮਨਮੀਤ ਭੁੱਲਰ ਦੇ ਨਾਲ ਅਸੀਂ ਕੰਮ ਕਰਦੇ ਆ ਰਹੇ ਹਾਂ ਐਜ਼ ਕੋਲੀਗਸ, ਐਜ਼ ਮੈਂਬਰਸ ਆਫ ਦਾ ਸੇਮ ਪਾਰਟੀ, ਪਰ ਪਿਛਲੇ ਕੁਛ ਸਮੇਂ ਤੋਂ ਬਹੁਤ ਹੀ ਕਲੋਜ਼ਲੀ ਮਨਮੀਤ ਨਾਲ ਮੈਂ ਕੰਮ ਕੀਤਾ, ਕਿਉਂਕਿ ਅਸੀਂ ਦੋਨੋਂ ਹੀ ਸੇਮ ਮਿਨਿਸਟਰੀ ਦੇ ਵਿੱਚ ਸੀਗੇ ਔਰ ਇੱਕ ਦੂਜੇ ਨੂੰ ਜਾਣਨ ਦਾ ਸਾਨੂੰ ਬਹੁਤ ਹੀ ਵਧੀਆ ਇੱਕ ਮੌਕਾ ਮਿਲਿਆ। ਔਰ ਇਹ ਗੱਲ ਮੈਂ ਬਹੁਤ ਹੀ ਫਖਰ ਦੇ ਨਾਲ ਕਹਾਂਗਾ ਕਿ ਮਨਮੀਤ ਦੀ ਜੋ ਕਾਜ਼ਸ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਔਰ ਜੋ ਵੀ ਕੰਮ ਕਰਦਾ ਸੀ, ਇੰਨੀ ਜ਼ਿਆਦਾ ਡੈਡੀਕੇਸ਼ਨ ਸੀ ਕਿ ਤੁਸੀਂ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ। ਸਭ ਮੇਰਾ ਰਿਹਾ ਪ੍ਰਭ ਕੇ ਪੇਖ ਪੇਖ ਨਾਨਕ ਬਿਗਸਾਈ। Wanted to do it, get it out, get it open, and commit to a level of transparency we have not seen before, and then focus on every single child that we can do something better for. 1 lakh Albertans condominium buildings which as we leh rahe hain, and inna di act nu change karan to bagair unna layi bahut takleef aa rahi hain. Pehli wari Alberta di history vich ek memorandum of understanding sign kita Punjab sarkar naal. ਐਂਡ ਸੋ ਆਪਣੇ ਤੋਂ ਉਹਨੂੰ ਸਰਕਾਰਾਂ ਨੇ ਇੱਕ ਕਮਿਟਮੈਂਟ ਕੀਤੀ ਪਈ ਐਗਰੀਕਲਚਰ ਅਤੇ ਐਜੂਕੇਸ਼ਨ 'ਤੇ ਹੁਣ ਇਕੱਠੇ ਕੰਮ ਕਰਨ। ਮੈਂ ਮਨਮੀਤ ਸਿੰਘ ਭੁੱਲਰ ਨੂੰ ਜਦ ਉਹਦੀ ਉਮਰ ਤਕਰੀਬਨ 10 ਸਾਲ ਦੀ ਸੀ ਉਦੋਂ ਦਾ ਉਹਨੂੰ ਜਾਣਦਾ ਸੀ ਕਿ ਉਹਦਾ ਜਿਹੜੇ ਫਾਦਰ ਸਾਹਿਬ ਆ ਸਾਡੇ ਬਹੁਤ ਨਜ਼ਦੀਕੀ ਫਰੈਂਡ ਸੀਗੇ ਅਤੇ ਮਨਮੀਤ ਸਿੰਘ ਭੁੱਲਰ ਟਾਈਮ ਟੂ ਟਾਈਮ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੀ ਗੱਲ ਕਰਦਾ ਸੀ, ਆਪਣੀ ਪੰਜਾਬੀ ਭਾਈਚਾਰੇ ਨੂੰ ਅੱਗੇ ਵਧਣ ਦੀ ਗੱਲ ਕਰਦਾ ਸੀਗਾ। ਕਹਿੰਦੇ ਕਿ ਅੰਕਲ ਜੀ ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਟਾਈਮ ਮੇਰੀ ਸਰਕਾਰ ਦੇ ਵਿੱਚੋਂ ਕੋਈ ਅੱਗਾ ਪਿਛਾ ਹੋ ਗਿਆ, ਛੁੱਟੀ ਹੋ ਗਈ, ਸਾਡੇ ਪੰਜਾਬੀ ਭਾਈਚਾਰੇ ਦਾ ਕੌਣ ਹੈ ਪਿੱਛੇ ਅਤੇ ਸਾਡੀ ਸਰਕਾਰ ਦੇ ਵਿੱਚ ਕੌਣ ਨੁਮਾਇੰਦਗੀ ਕਰੂਗਾ ਪੰਜਾਬੀ ਭਾਈਚਾਰੇ ਦੀ। ਉਹ ਗੱਲ ਅੱਜ ਮੈਨੂੰ ਯਾਦ ਆ ਰਹੀ ਆ ਵੀ ਜਿਹੜੀਆਂ ਉਹਦੀਆਂ ਗੱਲਾਂ ਕੀਤੀਆਂ ਉਹਦੇ ਮੂੰਹੋਂ ਖਣੀ ਸੱਚ ਹੀ ਨਿਕਲ ਰਹੀਆਂ ਸੀਗਾ। ਮਨਮੀਤ ਦੀ ਇਹ ਗੱਲ ਸੀਗੀ ਜਿੱਥੇ ਵੀ ਉਹਨੂੰ ਚਾਂਸ ਮਿਲਦਾ ਸੀ ਕੋਈ ਚੰਗੀ ਸਲਾਹ ਦੇ ਦਿੰਦਾ ਸੀ, ਕੋਈ ਐਡਵਾਈਸ ਦੇ ਦਿੰਦਾ ਸੀ। ਸਾਡੀ ਕਮਿਊਨਿਟੀ ਨੇ ਇਹ ਬਹੁਤ ਦੁੱਖ ਹੈਗਾ, ਸਾਡੀ ਇੱਕ ਲੀਡਿੰਗ ਲਾਈਟ ਚੱਲ ਗਈ। ਸਾਡੇ ਜਿਹੜੇ ਪੇਰੈਂਟਸ ਜਨਰੇਸ਼ਨ ਜਿਹੜੇ ਇਮੀਗ੍ਰੈਂਟ ਆਏ ਆ ਉਹਨਾਂ ਨੂੰ ਬਹੁਤ ਰਿਸਪੈਕਟ ਕਰਦਾ ਸੀ ਅਤੇ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਸਿੰਬਲ ਸੀਗਾ ਜਿਹੜਾ ਸਾਡਾ ਕਮਿਊਨਿਟੀ ਦਾ ਇੱਥੇ ਸਕਸੈਸ ਹੋਇਆ। ਇਸ ਤਰ੍ਹਾਂ ਦੀ ਜਦੋਂ ਮੌਤ ਹੁੰਦੀ ਹੈ ਤਾਂ ਅਚਾਨਕ ਸਭ ਨੂੰ ਦੁੱਖ ਤਾਂ ਹੁੰਦਾ ਹੀ ਹੈ ਅਤੇ ਅਸੀਂ ਚਾਹਵਾਂਗੇ ਕਿ ਵੀ ਸਾਰਾ ਜਿੰਨੀ ਵੀ ਕਮਿਊਨਿਟੀ ਹੈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਪਰ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੋਵੇ। ਜੋ ਵੀ ਇਨਸਾਨ ਇਸ ਦੁਨੀਆ 'ਤੇ ਆਇਆ ਹਰ ਇੱਕ ਨੇ ਇੱਕ ਦਿਨ ਜਾਣਾ, ਪਰ ਮਨਮੀਤ ਸਿੰਘ ਭੁੱਲਰ ਬਹੁਤ ਜਲਦੀ ਚਲੇ ਗਏ ਬਹੁਤ ਛੋਟੀ ਉਮਰ ਦੇ ਵਿੱਚ। ਪਰ ਮਨਮੀਤ ਸਿੰਘ ਭੁੱਲਰ ਦੇ ਕੀਤੇ ਕੰਮ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ। ਉਹਨਾਂ ਵੱਲੋਂ ਪਾਈਆਂ ਲੀਹਾਂ ਦੇ ਉੱਤੇ ਤੁਰਨ ਵਾਸਤੇ ਹਮੇਸ਼ਾ ਹੀ ਜੋ ਇੱਥੋਂ ਦੇ ਨੌਜਵਾਨ ਨੇ ਕੋਸ਼ਿਸ਼ ਕਰਦੇ ਰਹਿਣਗੇ। ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।